ਠੀਕ ਹੈ। ਦੋਨਾਂ ਨੂੰ ਜਿੱਦਾਂ ਮੁਕਾਬਲਾ ਸ਼ੁਰੂ ਹੋ ਗਿਆ, ਮੁਕਾਬਲੇ ਦੇ ਵਿੱਚ ਉਹਨਾਂ ਕੋਲੋਂ ਦੋ ਪਿਸਟਲ ਮਿਲੇ ਜੀ, ਅਤੇ ਕ੍ਰੋਸ ਫਾਇਰਿੰਗ ਹੋਈ ਹੈ, ਉਹਨਾਂ ਨੇ ਕ੍ਰੋਸ ਫਾਇਰਿੰਗ ਹੋਈ ਜੀ, ਅਤੇ ਉਹਨਾਂ ਨੇ ਫਾਇਰਿੰਗ ਕੀਤੀ ਹੈ, ਉਹ ਮੁਲਾਜ਼ਮਾਂ ਵੱਲੋਂ ਕੀਤੀ ਪਰ ਬਚਾ ਰਿਹਾ ਮੁਲਾਜ਼ਮਾਂ ਦਾ ਬਚਾ ਜੀ। ਕਿੰਨੇ ਕੁ ਵਜੇ ਦੀ ਘਟਨਾ ਹੈ? ਤਕਰੀਬਨ ਸਾਨੂੰ ਤੇ ਪੌਣਾ ਕੁ ਘੰਟਾ ਪਹਿਲਾਂ ਫੋਨ ਗਿਆ ਕੰਟਰੋਲ ਤੋਂ, ਆਇਆ ਵੀ ਉੱਥੇ ਗੋਲੀ ਚੱਲ ਗਈ ਤੇ ਮੌਕੇ ਤੇ ਪਹੁੰਚੇ ਡਿਊਟੀ ਅਫਸਰ। ਕੋਈ ਵਿਅਕਤੀ ਕੈਂਪ ਥਾਣੇ? ਅੱਛਾ ਜੀ, ਵਿਅਕਤੀ ਨੇ ਨਹੀਂ, ਸਾਨੂੰ ਕੰਟਰੋਲ ਤੋਂ ਆਇਆ ਜੀ, ਉੱਥੇ ਨੱਖਾਂ ਵਾਲੇ ਬਾਅਦ ਗੋਲੀ ਚੱਲ ਗਈ ਤੇ ਮੌਕੇ ਤੇ ਪਹੁੰਚੋ। ਜਦੋਂ ਇੱਥੇ ਆਏ ਤਾਂ ਅੱਗੇ ਸੀ ਏ ਸਟਾਫ ਦੀ ਟੀਮ ਪੂਰੀ ਅੱਗੇ ਖੜੀ ਸੀਗੀ ਜਿਹਨਾਂ ਨਾਲ ਮੁਕਾਬਲਾ ਹੋਇਆ ਸੀਗਾ। ਸਾਰਾ ਲੋਰੈਂਸ ਦੇ ਨਾਲ ਸੰਪਰਕ ਸੀਗਾ ਕੁਛ ਮੁੰਡਿਆਂ ਦਾ, ਉਸਦੇ ਗੈਂਗ ਦੇ ਨਾਲ ਰਿਲੇਟਡ ਸੀਗੇ, ਇੱਕ ਬੁੱਲੋਵਾਲ ਦਾ ਅਤੇ ਇੱਕ ਨਿਤਿਨ ਹੈ ਜਿਹੜਾ ਜਲੰਧਰ ਦਾ ਰਹਿਣ ਵਾਲਾ, ਦੋ ਮੁੰਡੇ। ਇੰਟੈਲੀਜੈਂਸ ਬੇਸਡ ਓਪਰੇਸ਼ਨ ਸੀਗਾ ਅਤੇ ਇਹ ਰੈਕੀ ਕਰ ਰਹੇ ਸੀਗੇ, ਦੋ ਲੋਕਾਂ ਨੂੰ ਉਹਨਾਂ ਨੇ ਐਗਜੀਕਿਊਟ ਕਰਨਾ ਸੀ ਅਤੇ ਕੁਛ ਦਿਨਾਂ ਤੋਂ ਆਪਾਂ ਪਿੱਛੇ ਲੱਗੇ ਹੋਏ ਸੀ। ਅੱਜ ਸਵੇਰੇ ਅਰਲੀ ਇਨ ਦਾ ਮੋਰਨਿੰਗ ਇਹਨਾਂ ਨੂੰ ਟ੍ਰੈਪ ਕੀਤਾ ਗਿਆ, ਜਿਹਨਾਂ ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਕੀਤੀ, ਜਵਾਬੀ ਫਾਇਰਿੰਗ ਵੀ ਹੋਈ, 16-17 ਰਾਊਂਡ, 15-17 ਰਾਊਂਡ ਫਾਇਰ ਹੋਏ ਦੋਨੋਂ ਤਰਫ, ਦੋਨੋਂ ਕ੍ਰਿਟੀਕਲੀ ਇੰਜਰਡ ਹੈ, ਸਿਵਲ ਹਸਪਿਟਲ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਅਤੇ ਰੈਕੀ ਬੇਸਿਕਲੀ ਰੈਕੀ ਕਰ ਰਹੇ ਸੀ ਦੋਨੋਂ। ਅਤੇ ਕੁੱਲ ਮਿਲਾ ਕੇ ਕੋਈ 8-9 ਪਰਚੇ ਦਰਜ ਹੈ, ਪ੍ਰੋਕਲੇਮਡ ਅਫੈਂਡਰਸ ਵੀ ਹੈ, ਮਰਡਰ ਐਕਸਟੋਰਸ਼ਨ ਸੁਪਾਰੀ ਕਿਲਿੰਗ ਦੇ, ਅਤੇ 1 I-20 ਜੇ ਭੱਜ ਰਹੇ ਸੀਗੇ, ਉਹ ਬਰਾਮਦ ਹੋਈ, ਉਹ ਵੈਰੀਫਾਈ ਕਰਨੀ ਹੈ ਕਿ ਚੋਰੀ ਵੀ ਹੈ ਕਿ ਨਹੀਂ, ਪਲੱਸ ਦੋ ਵੈਪਨ ਮਿਲੇ ਹੈਗੇ, 1 30 ਬੋਰ ਦਾ ਸਟਾਰ ਪਿਸਟਲ ਹੈ, 1 32 ਬੋਰ ਦਾ ਪਿਸਟਲ, ਅਤੇ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਨਹੀਂ, ਨਹੀਂ ਹੋਇਆ ਉਹਦੇ ਫਾਇਰਿੰਗ 'ਚ, ਉਹਦੇ ਟਰਬਨ 'ਚ ਲੱਗੀ ਹੈ। ਕਿੰਨਾ ਮੁਲਾਜ਼ਮ ਦਾ ਨਾਮ? ਜਿਹੜਾ ਯੂ ਐਸ 'ਚ ਬੈਠਾ ਇੱਕ ਸਾਲ ਤੋਂ, ਤੇ ਉਹ ਡਾਇਰੈਕਟ ਸੰਪਰਕ ਸੀਗਾ ਲੋਰੈਂਸ ਨਾਲ, ਇਹਨਾਂ ਦਾ ਵੀ ਸੰਪਰਕ ਸੀਗਾ, ਉਹਨੇ ਭੇਜਿਆ ਸੀਗਾ ਇਹਨਾਂ ਨੂੰ। ਅਤੇ ਲੱਕੀ ਪਟਿਆਲ? ਨਹੀਂ, ਲੱਕੀ ਜਸਮੀਤ ਉਰਫ ਲੱਕੀ, ਇਹ ਉਹੀ ਬੰਦਾ ਹੈ ਜਿਹਨੇ ਦੋ ਸਿੱਧੂ ਮੂਸੇਵਾਲੇ ਦੇ ਮਰਡਰ ਕੇਸ 'ਚ ਜਿਹੜੇ ਦੋ ਮੁੰਡੇ ਇਨਵੋਲਵ ਸੀਗੇ ਉਹਨਾਂ ਨੂੰ ਠਹਿਰ ਦਿੱਤੀ ਸੀਗੀ ਮੌਲੀ, ਅਤੇ ਜਿਹਨਾਂ ਦਾ ਇਨਕਾਊਂਟਰ ਹੋਇਆ ਸੀਗਾ ਅੰਮ੍ਰਿਤਸਰ 'ਚ, ਅਤੇ ਉਹੀ ਲੱਕੀ ਹੈ ਯੂ ਐਸ 'ਚ ਬੈਠਾ। ਵਾਰਦਾਤ ਰੱਕੀ ਕਰ ਰਹੇ ਸੀ। ਇੱਕ ਅਸ਼ਵਨੀ ਹੈ, ਇੱਕ ਨਿਤਿਨ ਹੈ, ਇੱਕ ਬੁੱਲੋਵਾਲ ਦਾ ਹੈ, ਇੱਕ ਜਵਾਨ। ਥੈਂਕ ਯੂ।